ਅਕਾਲੀ ਦਲ 1920 ਦੇ ਵਰਕਰਾਂ ਦੀ ਮੀਟਿੰਗ ਹਰਬੰਸ ਸਿੰਘ ਕੰਦੋਲਾ ਦੀ ਅਗਵਾਈ ਵਿੱਚ ਗੁਰਦੁਆਰਾ ਸ਼ਹੀਦਗੰਜ ਦੇ ਲੰਗਰ ਹਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਵੱਖ ਵੱਖ ਲੀਡਰਾਂ ਨੇ ਆਪਣੇ ਵਿਚਾਰ ਰੱਖੇ। ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਆਪਣੇ ਹਲਕੇ ਦੀਆਂ ਮੰਗਾਂ ਰੱਖੀਆਂ। ਕਿਸਾਨਾਂ ਦੀ ਗੰਨੇ ਦੀ 12 ਕਰੋੜ ਦੇ ਕਰੀਬ ਪੇਮੈਂਟ ਜਲਦੀ ਪਾਈ ਜਾਵੇ। ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦਾ ਪ੍ਰਬੰਧ ਕੀਤਾ ਜਾਵੇ। ਮੋਰਿੰਡਾ ਇਲਾਕੇ ਦੀਆਂ ਖਸਤਾ ਹਾਲਤ ਸੜਕਾਂ ਨੂੰ ਜਲਦੀ ਬਣਾਇਆ ਜਾਵੇ। ਮੋਰਿੰਡਾ ਸ਼ਹਿਰ ਦੇ ਦੋਨੋਂ ਰੇਲਵੇ ਸਟੇਸ਼ਨਾਂ ਦੀਆਂ ਸੜਕਾਂ ਪਹਿਲ ਦੇ ਆਧਾਰ ਤੇ ਬਣਾਈਆਂ ਜਾਣ। ਸ਼ਹਿਰ ਵਿੱਚ ਲੰਬੇ ਸਮੇਂ ਤੋਂ ਲਾਈਟਾਂ ਪੋਲ ਲੱਗੇ ਹੋਣ ਤੇ ਇਹਨਾਂ ਤੇ ਲਾਈਟਾਂ ਨਹੀਂ ਲੱਗੀਆਂ, ਜਿਸ ਕਾਰਨ ਲੋਕਾਂ ਨੂੰ ਰਾਤ ਸਮੇਂ ਆ ਰਹੀ ਸਮੱਸਿਆ ਦਾ ਹੱਲ ਹੋ ਸਕੇ। ਉਹਨਾਂ ਕਿਹਾ ਪਾਰਟੀ ਹਾਈਕਮਾਂਡ ਵੱਲੋਂ ਜਲਦੀ ਦੁਬਾਰਾ ਮੀਟਿੰਗ ਕੀਤੀ ਜਾਵੇਗੀ ਕਿ ਪਾਰਟੀ ਵੱਲੋਂ ਚੋਣਾਂ ਵਿੱਚ ਕਿਸ ਪਾਰਟੀ ਦੀ ਹਮਾਇਤ ਕੀਤੀ ਜਾਵੇਗੀ। ਮੰਥਲੀ ਮੀਟਿੰਗ ਸਰਕਲ ਦੀ ਹੁੰਦੀ ਹੈ, ਉਹ ਰੱਖੀ ਗਈ ਸੀ। ਉਹਦੇ ਵਿੱਚ 4-5 ਏਜੰਡੇ ਸੀ ਸੜਕਾਂ ਦਾ, ਇੱਕ ਅਸੀਂ ਕੱਟ ਕਰਨਾ ਇਲੈਕਸ਼ਨ ਬਾਰੇ, ਅਤੇ ਪਸ਼ੂਆਂ ਦਾ, ਗੰਨੇ ਦੇ ਬਕਾਏ ਦਾ, ਇਹਦੇ ਸੰਬੰਧਿਤ ਵਿਚਾਰਾਂ ਹੋਈਆਂ। ਬਾਕੀ ਸਾਰਿਆਂ ਨੇ ਆਪਣੀ ਆਪਣੀ ਵਿਚਾਰਾਂ ਦੇਖੀਆਂ ਅਤੇ ਜਿਹੜੀ ਵੀ ਗੱਲਾਂ ਸਾਡੀਆਂ ਕੀਤੀਆਂ ਗਈਆਂ ਉਸ ਦਾ ਰਵਿੰਦਰ ਸਿੰਘ ਨਾਲ ਫੈਸਲਾ ਕਰਕੇ ਅਸੀਂ ਉਹਨਾਂ ਨੂੰ ਫਿਰ ਵੱਡਾ ਕੱਟ ਰੱਖਾਂਗੇ ਮੋਰਿੰਡੇ ਦੇ ਆਲੇ ਦੁਆਲੇ ਕਿਤੇ, ਉਹਦੇ ਵਿੱਚ ਫੈਸਲਾ ਕਰਾਂਗੇ ਕੀ ਕਰਨਾ ਸੀ। ਮੋਰਿੰਡਾ ਤੋਂ ਪੰਜਾਬੀ ਸਰਕਾਰੀਆਂ ਲਈ ਮਨਜੀਤ ਸਿੰਘ ਸੋਹੀ ਦੀ ਰਿਪੋਰਟ।